ਕੀ ਹਾਲ ਆ ਜੀ? ਇੱਧਰ ਚੱਲੇ ਬੰਦੇ ਕਹਿੰਦੇ 8 ਇੰਡੀਆ ਨੂੰ, ਉਹ ਵੀ ਇਕੱਠੇ। ਹੁਣ ਆਊ ਕਹਿੰਦੇ, ਹੁਣ ਹੋਊ ਹੁਲਾ ਲਾ 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 ਕਰੀ ਸੇਖੋ। ਹਾਂ ਹਾਂ ਹੋਊਗੀ ਯਾਰ, ਔਖਾ ਵਾ ਇੱਥੇ ਹੁਣ, ਇੱਥੇ ਵੀ ਕੋਈ ਫਾਇਦਾ ਨਹੀਂ। ਚੱਲੀਏ ਪਿੰਡਾਂ ਨੂੰ ਯਾਰ, ਬਹੁਤ ਚਿਰ ਹੋ ਗਿਆ ਹੁਣ ਤਾਂ ਯਾਰ। 7 ਸਾਲ ਹੋ ਗਏ, 5 ਸਾਲ ਦਾ PR ਚ ਲੰਘ ਗਏ, ਠੀਕ ਆ ਕਿ ਨਹੀਂ ਗੱਲ? ਉਹ ਹੁਣ ਭਰਦਿਆਂ ਦੇ ਹੁਣ ਜੋ ਕਮਾਉਣ ਦਾ ਟਾਈਮ ਆਇਆ, ਰਿਸੈਸ਼ਨ ਆ ਗਿਆ। ਕਹਿੰਦੇ ਰਿਸੈਸ਼ਨ ਆ ਗਿਆ ਕੈਨੇਡਾ ਦਾ, ਜਦੋਂ ਤੇ ਜਿਵੇਂ ਸਾਰੇ ਜਾਣਦੇ ਆ ਕਿ ਕਿਵੇਂ ਜਹਾਜ਼ ਭਰ ਭਰ ਕੇ ਆਪਣੇ ਪੰਜਾਬ ਤੋਂ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਨੇ ਲੋਕ, ਉੱਥੇ ਹੀ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ, ਜਿੱਥੇ ਕਿ 8 ਮੁੰਡਿਆਂ ਨੇ ਇਕੱਠਿਆਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਪੱਕਾ ਹੀ ਕੈਨੇਡਾ ਨੂੰ ਛੱਡ ਕੇ ਹੁਣ ਭਾਰਤ ਪੰਜਾਬ ਦੇ ਵਿੱਚ ਰਹਿਣਗੇ ਅਤੇ ਇੱਥੇ ਆ ਕੇ ਹੀ ਕੰਮ ਕਰਨਗੇ, ਕਿਉਂਕਿ ਹੁਣ ਉੱਥੇ ਕੋਈ ਵੀ ਕੰਮ ਨਹੀਂ ਮਿਲ ਰਿਹਾ ਅਤੇ ਰਿਸੈਸ਼ਨ ਆਇਆ। ਬਾਕੀ ਦੋਸਤੋ, ਤੁਸੀਂ ਇਹਨਾਂ ਮੁੰਡਿਆਂ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਕੰਮ ਹੈ, ਜੇਕਰ ਕਿਸੇ ਨੇ ਕਰਨਾ ਉੱਥੇ ਇਹਨਾਂ ਨੇ ਜੋ ਸਹੀ ਫੈਸਲਾ ਲਿਆ ਹੈ ਜਾਂ ਫਿਰ ਗਲਤ, ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਕਮੈਂਟ ਕਰਨਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰੋ ਜੋ ਬਾਹਰਲੇ ਮੁਲਕਾਂ ਦੇ ਵਿੱਚ ਗਏ ਹੋਏ ਨੇ। ਜੁੜੇ ਰਹੋ ਇੱਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਦਿਓ ਇਜਾਜ਼ਤ। ਰੱਬ ਰਾਖਾ।